ਸਾਡਾ ਆਪਣਾ ਅਰਸ਼ ਤੇ ਅੱਜ ਅਸੀਂ ਇੱਥੇ ਪਾਰਕ 'ਚ ਘੁੰਮਣ ਆਏ ਹਾਂ ਤੁਹਾਨੂੰ ਵਿਖਾਉਂਦੇ ਹਾਂ ਕਿ ਇੱਥੇ ਕਿੱਦਾਂ ਦੀਆਂ ਪਾਰਕਾਂ ਵਾ ਕਿਵੇਂ ਲੋਕ ਘੁੰਮਦੇ ਫਿਰਦੇ ਆ ਅੱਜ ਤੁਹਾਨੂੰ ਅੱਗੇ ਅੱਗੇ ਵਿਖਾਉਂਦੇ ਹਾਂ ਕੀ ਇਸ ਪਾਰਕ ਦੇ ਵਿੱਚ ਹੈਗਾ ਵਾ ਜਿਵੇਂ ਕਿ ਹੁਣ ਤੁਹਾਨੂੰ ਦੱਸਿਆ ਕਿ ਪਾਰਕ ਦੇ ਵਿੱਚ ਆਹ ਸਵੀਮਿੰਗ ਪੂਲ ਵੀ ਹੈਗਾ ਵਾ ਆਹ ਵੇਖੋ ਸਾਰਾ ਸਵੀਮਿੰਗ ਪੂਲ ਆ ਕਈ ਵਾਰ ਇੱਥੇ ਆਈਦਾ ਅਸੀਂ ਨਹਾਉਣ ਕਈ ਵਾਰ ਇੱਥੇ ਨਹਾਉਣ ਵੀ ਆਈਦਾ ਜਦੋਂ ਮਤਲਬ ਕਿ ਆਪਣੇ ਕੋਲ ਫਰੀ ਟਾਈਮ ਹੁੰਦਾ ਵਾ ਇਹਦੀ ਫੀਸ ਆ ਜੇ ਤੁਸੀਂ ਵੀਕਐਂਡ 'ਤੇ ਲਓਗੇ ਅਤੇ ਮੇਰੇ ਹਿਸਾਬ ਨਾਲ 12 ਤੋਂ 13 ਯੂਰੋ ਵਾ ਸੈਚਰਡੇ ਸੰਡੇ ਜੇ ਨੋਰਮਲ ਦਿਨਾਂ ਵਿੱਚ ਲਓਗੇ ਵੀਕਐਂਡ ਤੋਂ ਬਿਨਾਂ ਅਤੇ ਉਹ ਸਿਰਫ 10 ਯੂਰੋ ਫੀਸ ਆ ਅਤੇ ਮਤਲਬ ਕਿ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਕੁਆਲਿਟੀਆਂ ਨੇ ਇੱਕ ਕੀ ਹੈ ਕਿਸੇ ਨੇ ਧੁੱਪ ਸੇਕਣੀ ਹੋਵੇ ਅਤੇ ਉਹ ਕੀ ਲੈ ਲੈਂਦੇ ਆ ਉਹਦੀ 20 ਯੂਰੋ ਫੀਸ ਆ ਅਤੇ ਬਹੁਤ ਵਧੀਆ ਵਾ ਮਤਲਬ ਕਿ 3 ਘੰਟੇ ਦੀ ਫੀਸ ਆ 10 ਯੂਰੋ 12 ਯੂਰੋ ਇੱਦਾਂ ਵਾ ਵੀਕਐਂਡ 'ਤੇ ਥੋੜ੍ਹਾ ਜਿਹਾ ਬਿਜ਼ੀ ਹੁੰਦਾ ਤਾਂ ਕਰਕੇ ਫੀਸ ਜ਼ਿਆਦਾ ਕਰ ਦਿੰਦੇ ਆ ਅਤੇ ਉੱਦਾਂ ਕਈ ਵਾਰ ਇਹਦੇ ਵਿੱਚ ਇੱਕ ਕਿਸੇ ਨੇ ਮਤਲਬ ਕਿ ਐਕਸਰਸਾਈਜ਼ ਕਰਨੀ ਹੋਵੇ ਅੰਦਰ ਸ਼ਾਮਾਂ ਨੂੰ ਕਲਾਸਿਸ ਵੀ ਦਿੰਦੇ ਆ ਬੜੀ ਵਧੀਆ ਕਿਸੇ ਨੇ ਐਕਸਰਸਾਈਜ਼ ਕਰਨੀ ਹੋਵੇ ਪਾਣੀ ਦੇ ਅੰਦਰ ਉਹ ਵੀ ਕਰਾਉਂਦੇ ਆ ਸਾਰਾ ਕੁਝ ਮਤਲਬ ਕਿ ਇਹਦੇ ਵਿੱਚ ਹੈਗਾ ਵਾ ਅਤੇ ਜੇ ਕੋਈ ਇੱਥੇ ਆਊਗਾ ਜ਼ਰੂਰ ਟਰਾਈ ਕਰਿਓ ਨਾਲੇ ਰਿਲੈਕਸ ਫੀਲ ਹੁੰਦਾ ਇਹਦੇ ਵਿੱਚ 3 ਪਾਰਟ ਆ ਜੇ ਕਿਸੇ ਨੇ ਜ਼ਿਆਦਾ ਗਰਮ ਪਾਣੀ 'ਚ ਨਹਾਉਣਾ ਹੋਵੇ ਨਹਾ ਸਕਦਾ ਮਤਲਬ ਕਿ ਜੇ ਥੋੜ੍ਹੇ ਗਰਮ ਪਾਣੀ 'ਚ ਨਹਾਉਣਾ ਹੋਵੇ ਨਹਾ ਸਕਦਾ ਜੇ ਕਿਸੇ ਠੰਡੇ ਪਾਣੀ 'ਚ ਨਹਾਉਣਾ ਹੋਵੇ ਤਾਂ ਫਿਰ ਉਹ ਬਾਹਰ ਦਾ ਠੰਡਾ ਪਾਣੀ ਯੂਜ਼ ਕਰ ਸਕਦਾ ਜਿੰਨੇ 'ਚ ਨਹਾਉਣਾ ਹੋਵੇ ਇਸ ਹਿਸਾਬ ਨਾਲ ਇਹਨਾਂ ਦਾ ਟੈਂਪਰੇਚਰ ਸੈਟਮੈਂਟ ਆ ਅੰਦਰ ਸਾਰਾ ਕੁਛ ਅਤੇ ਅੱਗੇ ਵੀ ਤੁਹਾਨੂੰ ਦੱਸਦੇ ਹਾਂ ਬੜਾ ਵਧੀਆ ਹੁਣ ਜਿਵੇਂ ਤੁਹਾਨੂੰ ਦੱਸਿਆ ਇਹ ਪਾਰਕ ਹੈ ਕਿ ਪਾਰਕ ਦੇ ਵਿੱਚ ਹੁਣ ਇਹਦੇ ਵਿੱਚ ਆਪਣਾ ਐਕਸਰਸਾਈਜ਼ ਕਰਨ ਲਈ ਸਾਰਾ ਕੁਝ ਹੈਗਾ ਵਾ ਜਿਸ ਜਦੋਂ ਕਰੋਨਾ ਸੀ 6 ਮਹੀਨੇ ਬੰਦ ਰਹੇ ਉਦੋਂ ਇੱਥੇ ਅਸੀਂ ਕੀ ਨਾ ਰਹਿੰਦੇ ਐਕਸਰਸਾਈਜ਼ ਕਰਦੇ ਰਹੇ ਮੈਂ ਅਤੇ ਉਹ ਜਿੰਮਾਂ ਬੰਦ ਸੀ ਸਾਰਾ ਕੁਝ ਬੰਦ ਸੀ ਇੱਥੇ ਸਾਰਾ ਕੁਝ ਕੀਤਾ ਅਸੀਂ ਜਿੱਦਾਂ ਬਹੁਤ ਬਹੁਤ ਲੋਕ ਆਉਂਦੇ ਹੁੰਦੇ ਇੱਥੇ ਹੁਣ ਤਾਂ ਚਲੋ ਜਿੰਮਾਂ ਖੋਲ੍ਹੀਆਂ ਜਿੰਮ ਖੋਲ੍ਹੀਏ ਸਾਰੇ ਹੁਣ ਲੋਕ ਉੱਥੇ ਜਾਣ ਡਿਆ ਪਿਆ ਇੱਥੇ ਵੀ ਸਾਰਾ ਕੁਝ ਦੱਸਿਆ ਜਿੱਦਾਂ ਕਿ ਆਹ ਵੇਖੋ ਸਾਰਾ ਮਤਲਬ ਜਿਹੜਾ ਮੈਪ ਹੈਗਾ ਵਾ ਕਿ ਕੋਈ ਕਿੱਦਾਂ ਕਰ ਸਕਦਾ ਇੱਦਾਂ ਸਾਰਾ ਕੁਝ ਇਹਦੇ ਉੱਤੇ ਦੱਸਿਆ ਵਾ ਮਤਲਬ ਇਹ ਸਾਰਾ ਕੁਝ ਸਰਕਾਰ ਵੱਲੋਂ ਆ ਫਰੀ ਆ ਸਾਰਾ ਕੁਝ ਕੋਈ ਫੀਸ ਨਹੀਂ ਇਹਦੀ ਕੁਛ ਲੈਣ ਨਹੀਂ ਦੇਣੀ ਅੱਗੇ ਵੀ ਬਹੁਤ ਸੋਹਣੇ ਘਰ ਆ ਤੁਹਾਨੂੰ ਦਿਖਾਉਂਦੇ ਆ ਜਾਓ ਕੈਮਰਾ ਮੈਨੂੰ ਕੋਲੋਂ ਅਰੇ ਮੇਰਾ ਇੰਸਟਾ ਅਕਾਊਂਟ ਫਰੀਜ਼ ਹੋ ਗਿਆ ਕੀ ਬਾਤ ਕਰ ਰਹੇ ਹੁਣ ਜਿਵੇਂ ਕਿ ਆਹ ਪਾਰਕ ਦੇ ਵਿੱਚ ਆਹ ਜਿੱਦਾਂ ਘਰ ਆ ਇਹ ਸਿਰਫ ਗਰਮੀਆਂ 'ਚ ਖੋਲ੍ਹਦੇ ਆ ਅਤੇ ਤੁਸੀਂ ਇਹਨਾਂ ਨੂੰ ਗਰਮੀਆਂ 'ਚ ਖੋਲ੍ਹ ਸਕਦੇ ਹਾਂ ਜੇ ਕਿਤੇ ਤੁਹਾਨੂੰ ਕਿਤੇ ਸਿਆਲ 'ਚ ਇਹ ਸਿਰਫ ਗਰਮੀਆਂ 'ਚ ਖੋਲ੍ਹ ਸਕਦੇ ਹਾਂ ਜੇ ਤੁਸੀਂ ਇਹਨੂੰ ਸਿਆਲ 'ਚ ਖੋਲੋਗੇ ਤਾਂ ਤੁਹਾਨੂੰ ਜੁਰਮਾਨਾ ਵਾ ਇਹਦੀ ਫੀਸ ਹੁੰਦੀ ਹਰ 6 ਮਹੀਨਿਆਂ ਬਾਅਦ ਮੈਨੂੰ ਇੰਨਾ ਪਤਾ ਨਹੀਂ ਹੈ ਲੇਕਿਨ ਮੈਨੂੰ ਇੰਨਾ ਪਤਾ ਕਿ 6 ਮਹੀਨਿਆਂ ਬਾਅਦ ਫੀਸ ਦੇਣੀ ਪੈਂਦੀ ਕੋਈ ਇਹ ਮਤਲਬ ਜਿੱਦਾਂ ਹੁਣ ਧੁੱਪ ਲੱਗੀ ਅੱਜ ਸਾਰਾ ਕੁਝ ਹੋਇਆ ਵਾ ਇੱਥੇ ਬਹਿ ਕੇ ਬੰਦਾ ਆਪਣਾ ਧੁੱਪ ਸੇਕ ਸਕਦਾ ਵਾ ਬੜਾ ਕੁਛ ਕਰਦਾ ਬੜੇ ਜਣੇ ਲਏ ਆ ਇੱਥੇ ਕਿਰਾਏ 'ਤੇ ਤੁਹਾਨੂੰ ਅੱਗੇ ਵੀ ਉਹਨੇ ਬੜੇ ਬੜੇ ਸੋਹਣੇ ਆ ਇੱਥੋਂ ਅੱਗੇ ਵੀ ਬਹੁਤ ਜ਼ਿਆਦਾ ਅਤੇ ਜੇ ਇਹਨੂੰ ਤੁਸੀਂ ਸਿਆਲ 'ਚ ਯੂਜ਼ ਕਰੋਗੇ ਤਾਂ ਤੁਹਾਨੂੰ ਜੁਰਮਾਨਾ ਵਾ ਤੁਹਾਨੂੰ ਜੁਰਮਾਨਾ ਪੈ ਸਕਦਾ ਇਹਦੇ ਘਰ ਅਤੇ ਅੱਗੇ ਤੁਹਾਨੂੰ ਸਾਹਮਣੇ 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 ਅੱਗੇ ਤੁਹਾਨੂੰ ਦੱਸਦੇ ਹਾਂ ਕਿੱਦਾਂ ਕੀ ਹਿਸਾਬ ਕਿਤਾਬ ਆ ਇੱਥੇ ਲੋਕ ਜਿੱਦਾਂ ਕਿ ਤੁਰਨ ਫਿਰਨ ਬੜਾ ਪਸੰਦ ਕਰਦੇ ਲੋਕ ਤੁਰਨਾ ਸਾਈਕਲ ਚਲਾਉਣਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਜਿੱਦਾਂ ਕਿ ਹੁਣ ਸਾਡੇ ਇੰਡੀਆ ਲੋਕ ਪਸੰਦ ਕਰਦੇ ਕਿ ਸਾਨੂੰ ਸਾਡੇ ਕੋਲ ਗੱਡੀ ਹੋਵੇ ਕੁਛ ਹੋਵੇ ਪਰ ਇੱਥੇ ਲੋਕ ਤੁਰਨਾ ਫਿਰਨਾ ਬਹੁਤ ਪਸੰਦ ਕਰਦੇ ਗੱਡੀ ਨਾਲੋਂ ਜ਼ਿਆਦਾ ਹੁਣ ਉਹ ਵੇਖੋ ਪਾਣੀ ਦੇ ਰਿਹਾ ਵਾ ਵਿਖਾਓ ਬੜਾ ਸੋਹਣਾ ਬੰਦੇ ਨੂੰ ਤੁਹਾਨੂੰ ਅੱਗੇ ਲੈ ਕੇ ਜਾਂਦੇ ਹਾਂ ਇੱਥੋਂ ਬੱਤਾਂ ਬੜੀਆਂ ਸੋਹਣੀਆਂ ਸੋਹਣੀਆਂ ਅਤੇ ਸਾਨੂੰ ਵਿਖਾਉਂਦੇ ਹਾਂ ਵੇਖੋ ਉਹਨਾਂ ਲਾਵਾਂ ਲੱਗਦਾ ਫਿਰਨਾ ਬੜੀ ਸੋਹਣੀ ਸੋਹਣੀਆਂ ਤੇ ਬਹੁਤ ਬਹੁਤ ਮੋਟੀਆਂ ਫਿੱਟੀਆਂ ਵਾ ਖਾ ਖਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਉਹ ਲੋਕਾਂ ਦੇ ਵਿੱਚ ਫਿੰਡੀਆਂ ਹੁੰਦੀਆਂ ਉੱਦਾਂ ਅਤੇ ਦੇਖ ਕੇ ਤੁਹਾਨੂੰ ਬੜਾ ਵਧੀਆ ਲੱਗਣਾ ਅਤੇ ਅੱਗੇ ਵਿਖਾ ਦਿੰਦਾ ਕਿੱਦਾਂ ਗਿਆ ਇੱਕ ਵੀ ਸ਼ਹਿਰ ਚਾਲੂ ਹੀ ਹੈ ਅੱਜ ਤੁਹਾਨੂੰ ਵਿਖਾਉਂਦੇ ਹਾਂ ਇੱਥੇ ਜਿੱਦਾਂ ਕਿ ਬੜਾ ਕੁਝ ਇੱਥੇ ਬਹਿਣ ਵਾਲੀ ਬੜੀ ਵਧੀਆ ਜਗ੍ਹਾ ਵਾ ਨਾਲੇ ਬਖਤਾਂ ਵਾ ਹੁਣ ਤਾਂ ਚਲੋ ਛੋਟੀਆਂ ਛੋਟੀਆਂ ਬਹੁਤ ਵੱਡੀਆਂ ਹੁੰਦੀਆਂ ਸੀ ਅਤੇ ਇਹਨਾਂ ਦੀ ਵੀ ਕੇਅਰ ਕਰਦੇ ਆ ਬੜੀ ਵਧੀਆ ਇੱਥੇ ਇਹਨਾਂ ਦੇ ਕਈ ਯਾਰ ਇਹਨਾਂ ਦੇ ਸਾਰਿਆਂ ਉੱਤੇ ਸਟਾਰ ਦੀ ਸਟੰਪ ਲੱਗੀ ਹੋਣੀ ਆ ਕੁਛ ਨਾ ਕੁਛ ਇਹਨਾਂ ਦੇ ਪੈਰਾਂ 'ਚ ਪਾ ਕੇ ਜਾਂਦੇ ਆ ਜਦੋਂ ਵੀ ਇਹਨਾਂ ਨੂੰ ਫੜਦੇ ਆ ਅਤੇ ਉਹ ਗਿਣਤੀ ਕਰ ਲੈਂਦੇ ਆ ਜਿਵੇਂ ਉਹ ਵੇਖੋ ਬਹੁਤ ਵੱਡੀਆਂ ਵੱਡੀਆਂ ਬੜੀਆਂ ਸੋਹਣੀਆਂ ਵਾ ਅਤੇ ਹਾਂਜੀ ਇੱਥੇ ਇੱਕ ਹੋਰ ਗੱਲ ਆ ਕਿ ਇੱਥੇ ਇੱਕ ਹੋਰ ਗੱਲ ਆ ਕਿ ਇਹਨਾਂ ਨੂੰ ਅਸੀਂ ਖੁਦ ਖਾਣਾ ਨਹੀਂ ਪਾ ਸਕਦੇ ਕਿਉਂਕਿ ਇਹਨਾਂ ਨੇ ਉੱਤੇ ਲਿਖਿਆ ਹੋਣਾ ਕਿ ਉੱਥੇ ਖਾਣਾ ਨਾ ਪਾਇਓ ਕੁਝ ਨਾ ਪਾਇਓ ਸਾਰਾ ਕੁਝ ਖੁਦ ਪਾ ਕੇ ਜਾਂਦੇ ਆਪ
ਤੁਹਾਨੂੰ ਦਿਖਾਉਣੀ ਆ ਤੇ ਕੈਮਰਾਮੈਨ ਉਧਰ ਹੀ ਲਈ ਆ ਤੂੰ ਮੇਰੇ ਤੋਂ ਭਾਈ ਭਾਈ ਦਿਖਾ ਰਹਾ ਦਿਖਾ ਮੇਰੇ ਮੂੰਹ ਦੇ ਹੁਣ ਉਹ ਦੇਖੋ ਸਾਹਮਣੇ ਉਹਨਾਂ ਨੇ ਲਿਖਿਆ ਕਿ ਅਸੀਂ ਖਾਣਾ ਨਹੀਂ ਇੱਥੇ ਪਾ ਸਕਦੇ ਉਹਨਾਂ ਨੇ ਸਾਰਾ ਕੁਝ ਦਿੱਤਾ ਵਾ ਤੇ ਉਹ ਬਾਰਕੋਡ ਆ ਕੋਈ ਉਹਨਾਂ ਦਾ ਆਪਣਾ ਵੇਖ ਲਓ ਜੇ ਤੁਹਾਡੇ ਕੋਲ ਸਕੈਨ ਹੁੰਦਾ ਤਾਂ ਕਰਕੇ ਵੇਖ ਲਿਓ ਤੇ ਬਾਕੀ ਇੱਧਰ ਬਹਿ ਲਈ ਆ ਆਹ ਦੇਖੋ ਬੜੀਆਂ ਸੋਹਣੀਆਂ ਬੱਸਾਂ ਉੱਥੇ ਬਹੁਤ ਵੱਡੀਆਂ ਇੱਥੇ ਦੇਖੇ ਸਾਰੇ ਇੱਥੇ ਕਈ ਵਾਰ ਸਾਰੇ ਗ੍ਰਿਲ ਵੀ ਬਾਲਦੇ ਆ ਗ੍ਰਿਲ ਪਾਰਟੀ ਵੀ ਕਰਦੇ ਆ ਹਰ ਥਾਂ ਕਰਦੇ ਅੱਗੇ ਬਹੁਤ ਤਗੜੀ ਪਾਰਕ ਆ ਜਿੱਥੇ ਕਿ ਸਾਰੇ ਗ੍ਰਿਲ ਪਾ ਅੱਜ ਹੁਣ ਤੁਹਾਨੂੰ ਖੜਦੇ ਹਾਂ ਇੱਥੇ ਅੱਗੇ ਬੜਾ ਸੋਹਣਾ ਸਾਰਾ ਕੁਝ ਹੈਗਾ ਇੱਥੇ ਵਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਦੀਆਂ ਇੱਥੇ ਪਾਰਕਾਂ ਕੀ ਹਿਸਾਬ ਕਿਤਾਬ ਆ ਕਿੱਦਾਂ ਗ੍ਰੀਨਰੀ ਆ ਬੜੀ ਸੋਹਣੀ ਹਰਿਆਲੀ ਆ ਹੁਣ ਮਗਰ ਸਾਈਕਲ ਆਉਣ ਲਈ ਆ ਮੈਨੂੰ ਥੱਲੇ ਨਾ ਦੇ ਦੇਣ ਅੱਜ ਤੁਹਾਨੂੰ ਨਾਲ ਨਾਲ ਖੜਦੇ ਹਾਂ ਹਾਂਜੀ ਇੱਥੇ ਕਰਦੇ ਹਾਂ ਵਲੋਗ ਦੀ ਐਂਡਿੰਗ ਅਤੇ ਵਲੋਗ ਨੂੰ ਵੇਖਣ ਤੋਂ ਪਹਿਲਾਂ ਜਾਂ ਬਾਅਦ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ ਕਿ ਜਿਹੜੇ ਕਿ ਥੋੜ੍ਹਾ ਜਿਹਾ ਸਾਡਾ ਸਬਸਕ੍ਰਾਈਬਰ ਆਉਣ ਅਤੇ ਅਸੀਂ ਫਿਰ ਹੋਰ ਵੀਡੀਓ ਪਾਈਏ ਅੱਗੇ ਅੱਗੇ ਅਤੇ ਮੇਰਾ ਵੀ ਸ਼ੇਅਰ ਜ਼ਰੂਰ ਕਰਿਓ ਅਤੇ ਨਾਲੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।